जलंधर में रात ढलते ही 12 लाख रुपए की लूट की वारदात को अज्ञात लुटेरों ने अंजाम दे दिया। टांडा फाटक के नजदीक लोहा व्यापारी अपनी गाड़ी को पंचर लगवा रहा था, उसी दौरान अज्ञात लुटेरों ने गाड़ी का दरवाजा खोला और 12 लाख रुपए का बैग वहां से लेकर वे रफू चक्कर हो गए। वहीं थाना 8 की पुलिस को सूचित किया गया और मौके पर पहुंची पुलिस टीम मामले की जाँच में जुटी और लग रहा है कि ये मामला संदिग्ध है। जैक कट दो, जैक लगाना पैना, डबल जैक लगेगा। ठीक है, मैं जैक कट के उन्होंने दिता तो कहते चिपनी कट दो, चिपनी ये पिछे हुक लगा के लगती है जी, दूसरी तरीके करनी पड़ी है। मैं पिछे कटदा पाया सीगा, तो इन्ने मेरा भरा आ गया जिन्होंने मैं कॉल करके बुलाया सीगा कि बैग दुकान के बैग वगैरह ले जा। वो आया उन्होंने मैं बैग दे लगा तो बैग सीगा, उसके बाद फिर मैं पेयर नहीं जो बैग नाल दुकान का टायर थोड़ा फटिया सीगा गड्डी का, टायर फटिया उन्होंने दस नाल देने नाल जो पेंचर लगाने वाला देख रही पाया उन्होंने पहले ही दसता कि टायर फटा हुआ। अच्छा, शक दी सुइयां इन्हां दोनों दुकानदारां दे उपर ही हैगियां ते ठीक ओ अंकल इत्थे बैठे सीगे जिहड़े पेंचर वाले, बैग इत्थे पिया सीगा। ठीक है, यानी कि जिहड़ा पेंचर लगाउण वाला है उहदे ते सिद्धा सिद्धा शक। किन्नी अमाउंट सीगी भाजी? नियर अबाउट 12 लाख सी, 12 लाख लस्सी होगा। ते तुहाडा कदा काम है भाजी? लोहे दा ते स्टेनलेस स्टील। स्टैंडर्ड स्टील दा कित्थे की दुकान है? किस नाम तों? पारस स्टील। टांडा रोड ते भाजी रूटीन च तुसीं एदां ही हुंदा जां कि निकलदे इत्थे ही ऐसे रोड तों? जी ऐसे रोड तों निकलदे। ठीक है, तुहानूं किसे शक वगैरह नहीं? इदां शक मैं तुहानूं दस्सदा कि इत्थे बैठ पिया सीगा अंकल, नाल ही सीगा, हुण शक दा तां पता नहीं। कोई सीसीटीवी फुटेज आस पास तुसीं चेक कीती कोई? गुरु कृपा वालिआं दी हैगी, उहनां दे व्यू आ रहे आ इत्थे ਤੇ ਉਹਦੇ ਦਿਖ ਰਿਹਾ ਕੁਝ ਮਾੜਾ ਮੋਟਾ? ਕੁਝ ਇੰਨਾ ਕਲੀਅਰ ਨਹੀਂ ਹੈਗਾ, ਉਹ ਇਹ ਦਿਖ ਰਿਹਾ ਮੈਂ ਪਿੱਛੇ ਖੜਾ ਹੈਗਾ ਮੈਂ ਜੀ, ਉਹ ਅੰਕਲ ਇੱਥੇ ਬੈਠੇ ਬਸ ਇਹੀ। ਉਹਨਾਂ ਨੇ ਜਿਹੜਾ ਪੈਂਚਰ ਲਗਾ ਰਿਹਾ ਸੀ ਉਹ ਕਹਿੰਦਾ ਮੈਨੂੰ ਕਿ ਜਾ ਕੇ ਚਿਪਨੀ ਉਹਦਾ ਜੈਕ ਕੱਢ ਦੋ, ਜੈਕ ਲਗਾਉਣਾ ਪੈਣਾ ਇਹਨੂੰ, ਡਬਲ ਜੈਕ ਲੱਗੇਗਾ। ਠੀਕ ਹੈ, ਮੈਂ ਜੈਕ ਕੱਢ ਕੇ ਉਹਨਾਂ ਨੂੰ ਦਿੱਤਾ ਤਾਂ ਕਹਿੰਦਾ ਚਿਪਨੀ ਕੱਢ ਦੋ, ਚਿਪਨੀ ਇਹਦੇ ਪਿੱਛੇ ਹੁੱਕ ਲਗਾ ਕੇ ਲੱਗਦੀ ਹੈਗੀ ਜਿਹੜੀ ਦੂਸਰੀ ਤਰੀਕੇ ਨਾਲ ਕੱਢਣੀ ਪੈਂਦੀ ਹੈਗੀ। ਮੈਂ ਪਿੱਛੇ ਉਹਦੀ ਕੱਢਦਾ ਪਿਆ ਸੀਗਾ, ਤਾਂ ਇੰਨੇ 'ਚ ਮੇਰਾ ਭਰਾ ਆ ਗਿਆ ਜਿਹਨੂੰ ਮੈਂ ਕਾਲ ਕਰਕੇ ਬੁਲਾਇਆ ਸੀਗਾ ਕਿ ਬੈਗ ਦੁਕਾਨ ਦੇ ਬੈਗ ਵਗੈਰਾ ਲੈ ਜਾ। ਉਹ ਆਇਆ ਉਹਨੂੰ ਮੈਂ ਬੈਗ ਦੇ ਲੱਗਾ ਤੇ ਬੈਗ ਸੀਗਾ, ਉਸ ਤੋਂ ਬਾਅਦ ਫਿਰ ਮੈਂ ਆਪਣਾ ਪੇਅਰ ਸ਼ੁਰੂ ਹੋ ਗਿਆ। ਨਹੀਂ, ਜਿਹੜਾ ਬੈਗ ਨਾਲ ਦੇ ਦੁਕਾਨ ਦਾ ਜੇ ਟਾਇਰ ਤੁਹਾਡਾ ਫਟਿਆ ਸੀਗਾ ਗੱਡੀ ਦਾ? ਟਾਇਰ ਫਟਿਆ ਸੀ। ਉਹਨਾਂ ਨੇ ਦੱਸਿਆ ਨਾਲ ਦੇ ਨੇ? ਨਾਲ ਦੇ ਨੇ। ਜਿਹੜਾ ਪੈਂਚਰ ਲਗਾਉਣ ਵਾਲਾ ਸੀ ਉਹਨਾਂ ਨੂੰ ਨਹੀਂ ਪਤਾ? ਦੇਖ ਰਹੀ ਪਿਆ ਸੀਗਾ, ਉਹਨਾਂ ਨੇ ਪਹਿਲੇ ਹੀ ਦੱਸਤਾ ਕਿ ਟਾਇਰ ਫਟਾ ਹੋਇਆ। ਅੱਛਾ, ਤੁਹਾਡੇ ਸ਼ੱਕ ਦੀਆਂ ਸੂਈਆਂ ਇਹਨਾਂ ਦੋਨਾਂ ਦੁਕਾਨਦਾਰਾਂ ਦੇ ਉੱਪਰ ਹੀ ਹੈ? ਹੈਗੀਆਂ ਤੇ ਠੀਕ, ਉਹ ਅੰਕਲ ਇੱਥੇ ਬੈਠੇ ਸੀਗੇ ਜਿਹੜੇ ਪੈਂਚਰ ਵਾਲੇ, ਬੈਗ ਇੱਥੇ ਪਿਆ ਸੀਗਾ। ਠੀਕ ਹੈ, ਯਾਨੀ ਕਿ ਜਿਹੜਾ ਪੈਂਚਰ ਲਗਾਉਣ ਵਾਲਾ ਹੈ ਉਹਦੇ ਤੇ ਸਿੱਧਾ ਸਿੱਧਾ ਸ਼ੱਕ। ਕਿੰਨੀ ਅਮਾਊਂਟ ਸੀਗੀ ਭਾਜੀ? ਨੀਅਰ ਅਬਾਊਟ 12 ਲੱਖ ਸੀ, 12 ਲੱਖ ਲੱਸੀ ਹੋਵੇਗਾ। ਇਹ ਤੁਹਾਡਾ ਕਾਹਦਾ ਕੰਮ ਹੈ ਭਾਜੀ? ਲੋਹੇ ਦਾ ਤੇ ਸਟੇਨਲੈਸ ਸਟੀਲ ਦਾ। ਸਟੈਂਡਰਡ ਸਟੀਲ ਦਾ ਕਿੱਥੇ ਕੀ ਦੁਕਾਨ ਹੈ? ਕਿਸ ਨਾਮ ਤੋਂ? ਪਾਰਸ ਸਟੀਲ ਦਾ। ਟਾਂਡਾ ਰੋਡ ਤੇ ਭਾਜੀ ਰੂਟੀਨ ਚ ਤੁਸੀਂ ਐਦਾਂ ਹੀ ਹੁੰਦਾ ਜਾਂ ਕਿ ਨਿਕਲਦੇ ਇੱਥੇ ਹੀ ਐਸੇ ਰੋਡ ਤੋਂ? ਜੀ ਐਸੇ ਰੋਡ ਤੋਂ ਨਿਕਲਦੇ। ਠੀਕ ਹੈ ਜੀ, ਤੁਹਾਨੂੰ ਕਿਸੇ ਸ਼ੱਕ ਵਗੈਰਾ ਨਹੀਂ? ਇਦਾਂ ਸ਼ੱਕ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਬੈਠ ਪਿਆ ਸੀਗਾ ਅੰਕਲ, ਨਾਲ ਹੀ ਸੀਗੇ, ਉਹਨੇ ਸ਼ੱਕ ਦਾ ਤਾਂ ਪਤਾ ਨਹੀਂ। ਕੋਈ ਸੀਸੀਟੀਵੀ ਫੁਟੇਜ ਆਸ ਪਾਸ ਤੁਸੀਂ ਚੈੱਕ ਕੀਤੀ ਕੋਈ? ਗੁਰੂ ਕਿਰਪਾ ਵਾਲਿਆਂ ਦੀ ਹੈਗੀ, ਉਹਨਾਂ ਦੇ ਵਿਊ ਆ ਰਹੇ ਆ ਇੱਥੇ। ਤੇ ਉਹਦੇ ਦਿਖ ਰਿਹਾ ਕੁਝ ਮਾੜਾ ਮੋਟਾ? ਕੁਝ ਇੰਨਾ ਕਲੀਅਰ ਨਹੀਂ ਹੈਗਾ, ਉਹ ਇਹ ਦਿਖ ਰਿਹਾ ਮੈਂ ਪਿੱਛੇ ਖੜਾ ਹੈਗਾ ਮੈਂ ਜੀ, ਉਹ ਅੰਕਲ ਇੱਥੇ ਬੈਠੇ ਬਸ ਇਹੀ ਦਿਖ ਰਿਹਾ। ਹੋਰ ਇਸ ਤੋਂ ਇਲਾਵਾ ਕੁਝ? ਮਾਮਲਾ ਕੀ ਹੈਗਾ ਜੀ? ਸਾਡੀ ਦੁਕਾਨ ਦੇ ਨਾਲ ਹੀ ਪੈਂਚਰਾਂ ਦੇ ਕਰਾਉਣੇ ਜੀ, ਅਤੇ ਪੈਂਚਰ ਲਵਾਉਣੇ ਆ। ਦੁਕਾਨਦਾਰ ਨੇ ਕਿਹਾ ਵੀ ਤੁਸੀਂ ਚਾਰਜ ਦਾ ਫੜ ਦਿੱਤਾ, ਸਰ ਕਿੰਨੀ ਉਹ ਚ ਰਕਮ ਸੀਗੀ ਬੈਗ ਦੀ? ਉਹਨਾਂ ਕਿਸੇ ਸ਼ੱਕ ਨੂੰ ਜ਼ਾਹਿਰ ਕੀਤਾ ਵਾ? ਉਹਨਾਂ ਕਿੰਨੀ ਕੁ ਅਮਾਊਂਟ ਸੀ ਭਾਅ ਜੀ? 10 ਤੋਂ 12 ਲੱਖ।